ਪੁੱਛ ਲਓ ਤੁਸੀਂ ਕਿਵੇਂ ਸ਼ਾਦੀ ਕਰਾਉਣੀ ਆ? ਨਹੀਂ ਨਹੀਂ ਸਾਰਾ ਪਿੰਡ ਇਕੱਠਾ ਹੋਇਆ ਹੋਇਆ ਸੀਗਾ, ਜਗ੍ਹਾ ਹੀ ਨਹੀਂ ਸੀ ਲੱਭਦੀ ਮੈਂ ਕਿੱਧਰ ਨੂੰ ਦੇਖਣਾ, ਇੰਨੀ ਦੁਨੀਆ ਇਕੱਠੀ ਸੀਗੀ। ਇੱਥੇ ਤਾਂ ਮੈਨੂੰ ਤਾਂ ਪੈਰ ਨਹੀਂ ਲੱਗਣ ਦਿੱਤੇ ਥੱਲੇ, ਆਹੀਂ ਚੱਕ ਲਿਆ ਸੀ। ਸਾਰੇ ਪਿੰਡ ਦੇ ਲੋਕ ਆ ਗਏ, ਜਵਾਕ ਕੁੜੀਆਂ ਸਕੂਲ ਵਾਲੀਆਂ ਸਾਰੀਆਂ ਮਿਲ ਕੇ ਗਈਆਂ। ਮੇਰਾ ਭਾਈ ਅਬੀਬ ਆ, ਮੈਨੂੰ 72 ਸਾਲ ਵਾਲਾ ਤੈਨੂੰ ਲੱਭਦਿਆਂ ਨਹੀਂ, ਅਗਰ ਤੂੰ ਮੈਨੂੰ ਦੇਖਦਾ ਤਾਂ ਮੇਰੇ ਨਾਲ ਰਾਬਤਾ ਕਰ। ਉਹਨੇ ਕਿਹਾ ਚੇ ਜੀਦਾ ਹੋਇਆ ਮਿਲਪੂ, ਇਹ ਮਰ ਗਿਆ ਤੇ ਅੱਲਾ ਮਾਰ। ਉਹਨੇ 8 ਕੁ ਵਜੇ ਨਾਟ 'ਤੇ ਚਾੜਤੀ, ਉਹ ਨਾਲ ਢਿੱਲੋਂ ਨੂੰ ਫਿਰ ਟੈਲੀਫੋਨ ਆ ਗਏ। ਹਾਂ, ਉਹਨਾਂ ਨੇ ਕਿਹਾ ਸਾਡੇ ਕੋਲ ਆ। ਇਹ ਫਿਰ ਮੈਨੂੰ ਕਹਿੰਦਾ ਤੂੰ ਸਿਆਣ ਲਿਆ ਮੈਨੂੰ। ਮੈਂ ਕਿਹਾ ਲੱਗਦਾ ਤਾਂ ਹੈ ਮਾੜਾ 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 ਮਾੜਾ। ਮੈਂ ਕਿਹਾ ਆਪਣਾ ਪਿਓ ਕਹਿੰਦਾ ਅਸੀਂ ਤਾਂ ਭੱਜੇ ਸੀਗੇ ਅਤੇ ਸਾਡੇ ਨਾਲ ਨਿਖੜ ਗਿਆ ਸੀ, ਪਤਾ ਨਹੀਂ ਕਿੱਧਰ ਗਿਆ ਅਤੇ ਮੁੜ ਕੇ ਸਾਡੇ ਨਾਲ ਰਲਿਆ। ਇਹ ਮੈਨੂੰ ਕਹਿੰਦਾ ਜੀ ਮਾਤਾ ਜੀ। ਮੈਂ ਕਿਹਾ ਜੀ ਉਹ ਰੌਲੇ ਤੋਂ ਬਾਅਦ ਕਿਸੇ ਨੇ ਕੁਛ ਨਹੀਂ ਆਖਿਆ, ਉਹਦਾ ਦਿਮਾਗ ਖਿੱਲ ਗਿਆ। 40 ਕਿੱਲੇ ਦੂਰ ਹੈ ਨਹਿਰ, ਉਹ ਡੰਡੀ 'ਤੇ ਪੈਰ ਲੈ ਕੇ ਵਾ ਕੇ ਉਹਦੇ ਉੱਤੇ ਜਾ ਕੇ ਚੜ ਗਈ। ਉਹ ਕਹਿੰਦੇ ਵੀ ਇਹ ਤਾਂ ਡਿੱਗ ਪਈ, ਛਾਲ ਮਾਰ ਗਈ। ਮਰਨ ਵਾਲੇ ਮਰ ਗਏ ਜੀ, ਆਪਾਂ ਜੋ ਇੱਕ ਜਣਾ ਮਰ ਜਾਂਦਾ ਫਿਰ ਕੀ ਕਰ ਲੈਂਦਾ, ਹੁਣ ਤੂੰ ਕਿਉਂ ਰੋਣਾ? ਆਪਾਂ ਤਾਂ ਮਿਲ ਪਏ ਪਛਾਣ ਲਿਆ ਬਾਬੇ ਨੇ। 17 ਸਾਲਾਂ ਬਾਅਦ ਗੱਲ ਵੱਖਰੀ ਪੈਣ ਲੱਗੀ ਐਸੀ ਗੱਲ। ਉਹ ਮੈਨੂੰ ਕਹਿੰਦੇ ਐਂ ਕਰ ਓਏ, ਚੱਲ ਤੇਰਾ ਵੀਜ਼ਾ ਲਵਾ ਕੇ ਲੈ ਗਿਆ ਦਿੱਲੀਆਂ। ਪਾਲਾ ਪੈਂਦਾ ਸੀ ਬਹੁਤ ਜ਼ਿਆਦੇ, ਅਸੀਂ ਬਈ ਆਰਾਮ ਪਰਿਓਂ ਗੱਡੀ ਦਾ ਡੱਬਾ ਬੁੱਕ ਕਰਕੇ ਚੜ੍ਹ ਗਏ। ਸਾਰੀ ਰਾਤ ਗੱਡੀ ਗਈ ਦਿੱਲੀ। ਦੋ ਵੱਜ ਗਏ, ਦੋ ਜੀ 11 ਵਜੇ ਆ, ਪੌਣੇ 11 ਵਜੇ, ਪੌਣੇ 11 ਕੀ ਆ? ਰੋਜ਼ ਹੀ ਮਗਰ ਕਦੋਂ ਆਉਂਦਾ ਆਉਂਦਾ, ਜਦੋਂ ਕਰਤਾਰਪੁਰ ਮੁੜ ਕੇ ਆਏ ਹਾਂ। ਇੱਧਰ ਹੀ ਧਿਆਨ ਸੀ ਸਾਡਾ, ਮਿੱਟੀਆਂ ਲਾਓ ਕਰ ਆ ਕਰ ਆਪਦੇ ਸਾਰੀਆਂ ਨੇ, ਅਤੇ ਉਹ ਮੁੜ ਕੇ ਫਿਰ ਕੰਮ ਖਰਾਬ ਹੋ ਜਾਣਾ, ਕਿਉਂਕਿ ਵਾਟਰ ਬੰਦ ਹੋ ਗਿਆ। ਫਿਰ ਵੋਟਾਂ ਵਾਟਾਂ ਪੈ ਗਈਆਂ ਜਦੋਂ, ਹੁਣ ਸਮਝੌਤਾ ਹੋ ਗਿਆ, ਉਹਨਾਂ ਚਿਰ ਖੋਲ੍ਹਿਆ ਨਹੀਂ, ਡਰਦੇ ਸੀ। ਆ ਹੁਣ ਜਾ ਕੇ ਉੱਥੇ ਫੋਨ ਮਾਰਿਆ ਵੀ ਵਾਟਰ ਖੁੱਲ੍ਹ ਗਿਆ, ਖਾਲੀ ਸਵੇਰੇ ਹੀ ਬੰਦ ਹੋ ਜੇ ਅਤੇ ਛੇਤੀ ਕਰੋ। ਜਿਹੜੇ ਮੇਰੇ ਕੋਲ ਲੀੜੇ ਸੀ, ਬਾਇਕ ਸੀ, ਉਹ ਬਾਇਕ ਖੋਲ੍ਹਣ ਲੱਗ ਗਿਆ। ਮੈਂ ਕਿਹਾ ਕੀ ਵੇਖਦਾ? ਮੈਂ ਫੌਜੀ ਨੂੰ ਕਿਹਾ, ਤੂੰ ਬੋਲਿਆ ਨਹੀਂ। ਮੈਂ ਕਿਹਾ ਬੁੜੀਆਂ ਦੇ ਲੀੜੇ ਆ, ਇਹਦੇ 'ਚ ਕੁਛ ਨਹੀਂ। ਮੈਂ ਕਿਹਾ ਬੰਬ ਨਹੀਂ ਚੱਕੀ ਫਿਰਦਾ, ਉਹ ਹੱਥ ਪਿਆ ਭਾਈ, ਉਹ ਹੱਥ ਪਿਆ ਉਹਨੇ ਉੱਥੇ ਹੀ ਬੰਦ ਕਰਤਾ। ਉਹ ਕੁਰਸੀ ਰੇੜੀ ਵਾਲੇ ਨੂੰ ਹੋਰ ਸੱਦ ਲਿਆ, ਕਹਿੰਦਾ ਜੇ ਬੈਗ ਤਾਰ ਚਾਰ। ਸਾਰੇ ਪਿੰਡ ਦਾ ਜ਼ੋਰ ਲੱਗਿਆ ਵਾ ਸੀ ਇਹਨੂੰ ਮਿਲਣ ਦੀ ਖਾਤਰ। ਫਿਰ ਕਹਿੰਦੇ
ਦੋ ਮਹੀਨਿਆਂ ਨੂੰ ਇਹਦਾ ਵੀਜ਼ਾ ਲਵਾ ਕੇ ਨਾਲ ਲੈ ਕੇ ਆਈ, ਸਾਨੂੰ ਮਿਲਾਈ। ਪਹਿਲੋਂ ਇਹਨਾਂ ਕੋਲ ਜਾਵਾਂਗੇ, ਫਿਰ ਅਸੀਂ ਆਪਣੇ ਪਿੰਡ ਜਾਵਾਂਗੇ, ਆਪਣੇ ਸ਼ਹਿਰ 'ਚ ਕਰਾਵਾਂ, ਕਾਗਜ਼ ਜਮ੍ਹਾਂ ਕਰਾਏ ਹੋਏ ਆ। ਹੁਣ ਦੇਖੋ ਕਦੋਂ ਹਕੂਮਤ ਇਜਾਜ਼ਤ ਦਿੰਦੀ ਆ ਇਹਨੂੰ ਕਢਾ ਸਾਹਮਣੇ, ਕਢਾ ਕਹਿ ਸਾਨੂੰ ਜਾਂਦੀ ਆਉਣ ਜਾਣ ਕਰੋ। ਹਾਂ ਆਉਣ ਜਾਣ ਜਦੋਂ ਮਰਜ਼ੀ ਆਈਏ, ਜਦੋਂ ਮਰਜ਼ੀ ਜਾਈਏ। ਚੱਲ ਚੱਲ ਸਾਡੀ ਉਮਰ ਹੁਣ ਲੰਘ ਗਈ ਆ, ਭੱਜਣ ਨੱਠਣ ਵਾਲੀ ਸਾਡੀ ਉਮਰ ਨਹੀਂ। ਅਸੀਂ ਆਪਣੇ ਭਰਾ ਦੋਵੇਂ ਦੁੱਖ ਸੁੱਖ ਜ਼ਿੰਦਗੀ ਆਪਣੀ ਇੱਕ ਥਾਂ ਨੰਘਾ ਲਈਏ, ਕਿਉਂ ਤਾਂ ਅੱਗੇ ਨਾਲੋਂ ਜ਼ਿਆਦਾ ਖਾਹਿਸ਼ ਵੱਧ ਗਈ ਆ। ਅੱਗੇ ਤਾਂ ਲਾ ਪਤਾ ਸੀ, ਹਰ ਸ਼ਾਇਦ ਪਿਆਰ ਪੈ ਗਿਆ, ਹੁਣ ਤਾਂ ਜ਼ਿਆਦਾ ਮਸਲਾ ਬਣ ਗਿਆ। ਹੁਣ ਸਾਡੀ ਖੁਆਹਿਸ਼ ਇਹੀ ਆ ਮੁੜ ਕੇ ਹਕੂਮਤ ਨਾ ਸਾਨੂੰ ਵੀ ਜਦੋਂ ਅਸੀਂ ਚਾਹੀਏ, ਇਹ ਚਾਹਵੇ ਅਸੀਂ ਆ ਜਾ ਸਕੀਏ, ਸਾਡੇ ਵਾਸਤੇ ਰਾਹ ਖੋਲਦੇ। ਉਹ ਵੀ ਜਿਹੜੇ ਵਿਛੜੇ ਬੈਠੇ ਆ ਉੱਧਰ ਇੱਧਰ, ਉਹ ਵੀ ਮੈਂ ਨਾ ਬੀਜੀ। ਦੋ ਮਹੀਨੇ ਲਾ ਕੇ ਜਾਊਂਗਾ, ਫਿਰ ਉੱਧਰੋਂ ਛੇ ਮਹੀਨੇ ਦਾ ਲਵਾ ਕੇ ਆਊਂ, ਫਿਰ ਮੈਂ ਇੱਧਰ ਹੀ ਰਹੂੰਗਾ, ਜਾਂਦਾ ਨਹੀਂ। ਖੁਸ਼ ਹਾਂ? ਹਾਂ ਭਾਗੋ ਭਾਗ ਥੱਕ ਗਿਆ ਬੋਲ, ਕੋਲੇ ਬੈਠਾ ਮੇਰੇ, ਖੁਸ਼ ਹੋਣਾ ਹੀ ਆ। ਹਾਂ।